ਵਾਲੀ ਸ਼ਖਸੀਅਤ ਬਹੁਤ ਲੰਬੇ ਸਮੇਂ ਤੋਂ ਪਿਆਰ ਦੀ ਸਾਂਝ ਰਹੀ ਇਸ ਗੁਰਮੁਖ ਦੇ ਨਾਲ ਭਾਈ ਸਾਹਿਬ ਭਾਈ ਅਤਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਮਹਾਨ ਪਵਿੱਤਰ ਆਤਮਾ ਸੰਤ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲੇ ਉਹ ਰਮਜੀ ਸਾਧੂ ਦੀ ਸੰਗਤ ਇਹਨਾਂ ਨੇ ਹਾਸਲ ਕੀਤੀ ਉਹਨਾਂ ਦੀ ਸੇਵਾ ਦੇ ਵਿੱਚ ਉਹ ਸੀਸਾਂ ਮਿਲੀਆਂ ਅਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਪਹਿਲਾਂ ਅੰਬ ਸਾਹਿਬ ਸਤਿਗੁਰੂ ਜੀ ਨੇ ਆਪਣੇ ਅਸਥਾਨ ਦੀ ਸੇਵਾ ਬਖਸ਼ੀ ਅੱਜ ਕੱਲ੍ਹ ਸਾਹਿਬਜ਼ਾਦਿਆਂ ਦੀ ਉਹ ਸ਼ਹੀਦੀ ਅਸਥਾਨ 'ਤੇ ਭਾਈ ਸਾਹਿਬ ਸੇਵਾ ਨਿਭਾ ਰਹੇ ਨੇ ਇਸ ਅਸਥਾਨ ਨਾਲ ਸਾਡੇ ਸਾਰਿਆਂ ਨਾਲ ਭਰਾ ਵਾਂਗ ਪਿਆਰ ਕਰਦੇ ਨੇ ਆਪ ਜੀ ਹੁਣ ਸੰਗਤਾਂ ਦੇ ਦਰਸ਼ਨ ਕਰਨਗੇ ਇਹਨਾਂ ਤੋਂ ਬਾਅਦ ਪੰਥ ਦਾ ਬਹੁਤ ਹੀ ਸਤਿਕਾਰ ਕੀਰਤਨੀ ਜੱਥਾ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਪਾਤਰ ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਉਹ ਸੰਗਤਾਂ ਦੇ ਦਰਸ਼ਨ ਕਰਨਗੇ ਉਹਨਾਂ ਤੋਂ ਬਾਅਦ ਬਹੁਤ ਹੀ ਗੁਰੂ ਕੇ ਪਿਆਰੇ ਕੀਰਤਨੀਏ ਭਾਈ ਹਰਿੰਦਰ ਸਿੰਘ ਜੀ ਜਿਹਨਾਂ ਨੂੰ ਪਿਆਰ ਨਾਲ ਰੋਮੀ ਵੀਰ ਜੀ ਕਹਿੰਦੇ ਅੰਮ੍ਰਿਤਸਰ ਵਾਲੇ ਭਾਈ ਸਾਹਿਬ ਜਦੋਂ ਕੀਰਤਨ ਕਰਦੇ ਨੇ ਦੁੱਲਾ ਜੀ ਦੀ ਯਾਦ ਤਾਜ਼ਾ ਕਰਾ ਦਿੰਦੇ ਨੇ ਉਹੀ ਤਰੀਕਾ ਉਹੀ ਸ਼ਬਦਾਵਲੀ ਉੱਦਾਂ ਦੇ ਹੀ ਰੂਪ ਰੰਗ ਉਹਨਾਂ ਤੋਂ ਬਾਅਦ ਭਾਈ ਦਵਿੰਦਰ ਸਿੰਘ ਸੋਢੀ ਭਾਈ ਜਬਰਤੋੜ ਸਿੰਘ ਜੀ ਭਾਈ ਸਤਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਭਾਈ ਵਨੀਤ ਸਿੰਘ ਕਰਮਜੀਤ ਸਿੰਘ ਜੀ ਇਹ ਸਾਰੇ ਗੁਰੂ ਕੇ ਲਾਲ ਪਹੁੰਚ ਚੁੱਕੇ ਨੇ ਅਤੇ ਪਹੁੰਚ ਰਹੇ ਨੇ ਆਪ ਜੀ ਦੇ ਸਮੇਂ ਸਿਰ ਦਰਸ਼ਨ ਕਰਨਗੇ ਜਿਹਨਾਂ ਨੇ ਲੰਗਰ ਨਹੀਂ ਛਕਿਆ ਜਲਦੀ ਜਲਦੀ ਛੱਕ ਕੇ ਅੰਦਰ ਆ ਜਾਓ ਬਹੁਤ ਹੀ ਸੁੰਦਰ ਪ੍ਰੋਗਰਾਮ ਆ ਰਿਹਾ ਆਓ ਭਾਈ ਸਾਹਿਬ ਭਾਈ ਅਤਰ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰੂ ਨਾਨਕ ਆਦਲੇ ਦਸਵੇਂ ਗੁਰ ਪਰਯੰਤ ਬਾਰੰਬਾਰ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦਦ ਬੰਦਾ ਕਰੇ ਅਨੁਰਾਗ ਗੁਰ ਕਾ ਸ਼ਬਦ ਕਮਾਇ ਜਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਪਦ ਬੰਦਨਾ ਸਿਰ ਚਰਨਨ ਪ੍ਰਥਾਰ ਇਕੰਕਾਰਾ ਸਤਿਗੁਰੂ ਦੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਪਰਮ ਪੂਜ ਪਾਦ ਵਾਲੀਏ ਕੁਲ ਆਲਮ ਹਜੂਰੇ ਅਨਬਰ ਸਾਂਝੇ ਰਹਿਬਰ ਜਾਗਤ ਜੋਤ ਸ਼ਬਦਾ ਅਵਤਾਰ ਬਾਣੀ ਕੇ ਬੋਹਿਤ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਪਿਛਲੇ ਤਿੰਨ ਦਿਨਾਂ ਤੋਂ ਨਿਰੰਤਰ ਅੰਮ੍ਰਿਤ ਵੇਲੇ ਤੋਂ ਚੌਂਕੜਾ ਮਾਰ ਕਰਕੇ ਪੰਥ ਦੇ ਸਕਾਰਕ ਕੀਰਤਨੀਏ ਪ੍ਰਚਾਰਕ ਸੰਤ ਮਹਾਂਪੁਰਖ ਅਨੇਕਾਂ ਭੇਖਾਂ ਦੇ ਗੁਰਮੁਖ ਨਾਮ ਦੇ ਰਸੀਏ ਤੱਤ ਵੇਤਿਆਂ ਦੇ ਦਿਦਾਰ ਵੀ ਕਰ ਰਹੇ ਹੋ ਔਰ ਉਹਨਾਂ ਦੇ ਬਚਨ ਸੁਣ ਕਰਕੇ ਆਪਣਾ ਜੀਵਨ ਵੀ ਸਫਲਾ ਕਰ ਰਹੇ ਹੋ ਆਓ ਇੱਕ ਵਾਰ ਸਭ ਤੋਂ ਪਹਿਲਾਂ ਗੈਰ ਹਾਜ਼ਰ ਹਾਜ਼ਰ ਹੋ ਜਾਈਏ ਆਪਣੀ ਸੁਰਤ ਨੂੰ ਨਿਰੰਕਾਰ ਦੇ ਚਰਨਾਂ ਵਿੱਚ ਜੋੜੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਬ੍ਰਹਮ ਗਿਆਨੀ ਤਤ ਬੇਤੇ ਕਿਉਂਕਿ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੂੰ ਤਾਂ ਸਮੁੱਚੇ ਪੰਥ ਨੇ ਕਿਹਾ ਇਹ ਬ੍ਰਹਮ ਗਿਆਨੀ ਸਨ ਪਰ ਸੱਚ ਗੁਰੂ ਕੇ ਪਿਆਰਿਓ ਇੱਕ ਵਾਰ ਮੈਂ ਬਾਬਾ ਸੰਤੋਖ ਸਿੰਘ ਜੀ ਦੇ ਨਾਲ ਪਾਉਂਟਾ ਸਾਹਿਬ ਦੀ ਧਰਤੀ 'ਤੇ ਗਿਆ
उस स्थान ते पंथ रतन भाई साहब भाई जसवीर सिंह जी खालसा खन्ने वालियां दा कीर्तन सी, जो बचन बाबा संतोख सिंह जी ने बाबा वीर सिंह जी जसवीर सिंह जी खालसा खन्ने वालियां नू उस वेले कहे, वो मेरे कन्ना च अज इस वेले गूंजदे पए ने। कहिंदे आतर सिंह मैं, हां जी महाराज। कहिंदे तैनू पता? मैं जी दसो की दसना चाहुंदे हो? कहिंदे अज खालसा खन्ने वालियां दा कीर्तन है पौंटा साहिब। मैं जी सत बचन। कहिंदे तैनू पता? मैं जी दसना की चाहुंदे हो, दसो। कहिंदे वीर जी भी ब्रह्म ज्ञानी ने, वीर जी भी ब्रह्म ज्ञान। ये गल बाबा संतोख सिंह ने कही। बाबा संतोख सिंह जी दा अते वीर जी दा आपो विच बहुत बड़ा प्यार सीगा, बहुत ज्यादा प्यार सी, दिलों जड़ा प्यार है। कहिंदे ये भी ब्रह्म ज्ञानी ने। मैं अच्छा जी। कहिंदे गुरु तेग बहादुर पातशाह जी दा एक बचन है। मैं जी दसो। कहिंदे वो तू दस ब्रह्म ज्ञानी दी कोई गल कीती है? मैं जी वो किहड़ा बचन है? मैनू याद नहीं। कहिंदे वो जिहड़ा दुख विच दुख ना मनावे सुख विच, क्योंकि सिद्धे जे महापुरख सीगे। कहिंदे वो बचन सुना मैनू। मैं उस वेले शब्द पढ़िया सोरठ राग विच, जो नर दुख मैं दुख नहीं माने, सुख स्नेह अर भय नहीं जाता, कंचन माटी मान नह निंदिया नह उस्तत जाकै, लोभ मोह अभमाना हर सुख दे रह न्यारो नाहिन मान अपमाना, गुर कृपा जे नरको किनी ते एह जोगत पछानी, नानक लीन भयो गोबिंद स्यो ज्यो पानी संग पानी। कहिंदे हां ए सब दे विच ब्रह्म ज्ञानी दे 19 लक्षण दसे ने। ते तू वेखी अज कीर्तन सुनना, आपां ने आपां कीर्तन सुनना, ते ए लक्षण उहनां विच पूरे उतरनगे। मैं सत बचन जी, जो नर दुख में दुख नहीं मानै, सतगुरु जी दा बड़ा प्यारा बचन है। कौन ब्रह्म ज्ञानी है? जेड़ा दुख विच दुख ना मनावे, सुखां दे नाल प्यार भी ना होवे। अपनी अवस्था बखरी है। दुख आवे ते आपां बहुत दुखी हुंदे आ, ते जदों सुख आवे सच जाणियो गुरु के प्यारे हो, असीं सुखां वेले रब नूं भुल बैठदे आ। पर इको जे समान दित्ती जे है ते ब्रह्म ज्ञानियां दी आ, तत बेतियां दी आ। ते गुरु ग्रंथ साहिब सच्चे पातशाह जी नूं पुछो ब्रह्म ज्ञानी कौन है? 19 लक्षण ए शब्द विच तुहानूं ब्रह्म ज्ञानी दे मिलणगे। ते ब्रह्म ज्ञानी दी अष्टपदी विच आप सतगुरु कहणगे, नानक ब्रह्म ज्ञानी आप परमेसर। मैं बहुता समां तुहाडा ना लवां, क्योंकि मैं अंबाले पहुंचना, अज मंजी साहिब प्रोग्राम है, ते इन्नियां क बेनतियां आपने प्रवान करनियां। गुरु के प्यारियो, एक वीर जी दा सुपना सीगा पंथ विचों कथावाचक पैदा होण। ये वीर जी दा सुपना है, जिन्हां दी आपां याद विच बैठे हां, जिन्हां दी सिमरति विच बैठे हां ना, सच ए वे बे उन्हां दी सिमरति ए सी, तुहाडे विचों कथावाचक वेखणा चाहुंदे सीगे। तुसीं पैदा हो, वीर जी दा सुपना असीं पूरा करना है। दूजा उन्हां दा सुपना सी वी तुहाडे विचों कीर्तनीय पैदा होण, निष्काम जिस तरह दा कीर्तन, ऐसा कीर्तन कर मन मेरे, कीर्तन निर्मोलक हीरा आनंद गुणी गहेरा, ऐसा कीर्तनीय तुहाडे विचों पैदा होवे, तुहाडे विचों प्रचारक पैदा होण, तुहाडे विचों नाम दे रसीए पैदा होण, तुहाडे विचों इंजीनियर पैदा होण, तुहाडे विचों जज पैदा होण, तुहाडे विचों वकील पैदा होण, तुहाडे विचों IPS ऑफिसर पैदा होण, ये उहनां दा सुपना है। ते ये उहनां दी सिमरति च बैठी आ, ते मैं अर्ज करांगा तुहाडे चरणां च, तुसीं उहनां दे सुपने नूं साकाल करना। तुहाडे विचों जज मैं देखणा चाहुंदा, तुहाडे विचों वकील मैं वेखना चाहुंदा, तुहाडे विचों प्रचारक मैं वेखना चाहुंदा, तुहाडे विचों कथाकार मैं लभना चाहुंदा, तुहाडे विचों ओह कीर्तनियां लभना चाहुंदा जिहड़े कीर्तन करदिआं अपना आपा ही गवा बैठदे सन, कि पता ही नहीं किन्ने किन्ने घंटे कीर्तन करदिआं ते किथे बैठे ने। देश
काल वस्तु सारा कुछ जिन्हां नूं भुल जावे ऐसे कीर्तनीय तुहाडे विचों मैं लभना चाहुंदा उन्हां दा सुपना तुहाडे विचों आईपीएस वेखना चाहुंदा कि हुण इस उन्हां दे सुपने नूं साकार करना वीर जी दविंदर खालसा तुहाडे नाल ने ते इस सुपने नूं साकार करो ते वीर जी दी ये याद है क्योंकि मैं अखीर ला के शेर पढ़ा जिनके दिन मनाते हो उनका अर्श पात भी समझो जिनके दिन मनाते हो उनकी बात भी समझो इन्निया कृतियां प्रमाण करनिया जी मैं बहुत लंबे समय तो वीर जी सरदार जसवीर सिंह जी खालसा अते वीर जी दविंदर सिंह जी खालसा अमरदीप सिंह उन्हीं सारी अपने प्यार वालिया गुरमुख रूहां ने तत्वे ते ने ते साचवे नितनेम ही ने गुरु के प्यारे आप जपै अवरह नाम जपावे वालिया रूहां ते गुरु साहब कहन के जन नानक तूर मंगा तिस गुर सिख की जो आप जपै अवरह नाम जपावे इथो मेनू रूहां दिसदियां ने ते सतगुरु कृपा करन जिस स्थान ते गुरु साहब सचे पातशाह जी ने सेवा लई ओ स्थान दुनिया की सब तो कीमती जगह गुरुद्वारा ज्योति स्वरूप साहिब दोवें बीरियां दा वड्डियां दा अते छोटियां दा उत्थे अथाह प्यार है मैं वेखदा हुणा जदों भी उस स्थान तो वड्डे वीर जी लंघदे सी ना भी ओ स्थान तो कदे भी मत्था नतमस्तक होए तो बिना अगे नहीं जे जांदे सीगे ते इदां ही वीर जी इस तरह करदे आ उहनां शहीदां दे नाल प्यार है गुरु दी मां नाल प्यार है ते सतगुरु कृपा करन आप संगतां जुड़ो अपना जीवन बनाओ नितनेम ही बनो अज साडे विच बहुत वड्डी घाट तीन चीजां साडे कोलों खुंझदियां जा रहियां ने इस स्थान ते चेता उही कराईयां जांदियां ने अमृत वेला अमृत बाणी अमृत नाम तीन चीजां जे साडे जीवन विचों खुंझ गईयां ते साडा जीवन गर्क हो गया इस वास्ते गुरु के प्यारे जीवन विच वापस लियाउण दी लोड़ है फिर ए लोग सुखी ते परलोक सुहेला वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह बहुत बहुत धन्यवाद भाई सपाई अतर सिंह जी हैड ग्रंथी गुरुद्वारा ज्योति स्वरूप साहब जी का हुण समा है धन गुरु रामदास महाराज जी दे बहुत ही प्यारे कीर्तनीए सचखंड श्री हरिमंदर साहब जी दे हजूरी रागी जत्था